ਕਿਹਾ, ਮੈਨੂੰ ਵੀ ਕਿਸੇ ਨੇ ਪੁੱਛ ਪਾਈ ਹੈ, ਕਹਿੰਦੇ ਵੀ ਅੱਜ ਤੁਸੀਂ 1000 ਰੁਪਏ ਦਾ ਤੇਲ ਪਵਾ ਲਓ ਨਹੀਂ, ਕਹਿੰਦਾ 4-5 ਦਿਨ ਕਹਿੰਦਾ ਬੰਦ ਹੀ ਰਹਿਣਾ ਜੀ, ਕਹਿੰਦਾ ਸਾਡੇ ਵਾਸਤੇ ਔਖਾ ਹੀ ਹੈ। ਸਟ੍ਰਾਈਕ ਹੈ ਡਰਾਈਵਰਾਂ ਦੀ, ਆਲ ਓਵਰ ਇੰਡੀਆ ਸਟ੍ਰਾਈਕ ਹੈ। ਜਿਹੜਾ ਕੋਈ ਨਵਾਂ ਕਾਨੂੰਨ ਆ ਰਿਹਾ ਹੈ ਕਿ ਡਰਾਈਵਰ ਨੂੰ ਐਕਸੀਡੈਂਟ ਕਰਨ 'ਤੇ 10 ਸਾਲ ਦੀ ਸਜ਼ਾ ਹੋਏਗੀ, ਉਹਦੇ ਕਰਕੇ ਹੈ। ਔਰ ਇਹ ਇਕੱਲੇ ਚਲੋ ਦੇਖਿਆ ਜਾਵੇ ਤਾਂ ਡਰਾਈਵਰ ਸਿਰਫ ਟਰੱਕਾਂ ਦੇ ਨਹੀਂ ਹੁੰਦੇ, ਆਪਾਂ ਲੋਕ ਵੀ ਕਾਰਾਂ ਵਗੈਰਾ ਚਲਾਉਂਦੇ ਹਾਂ, ਤਾਂ ਉਹਦੇ ਖਿਲਾਫ ਜਿਹੜਾ ਇਹ ਕਾਨੂੰਨ ਗਲਤ ਆ ਰਿਹਾ, ਉਹਦੇ ਲਈ ਇਹ ਡਰਾਈਵਰਾਂ ਨੇ ਸਟ੍ਰਾਈਕ ਕਰੀ ਹੈ। ਹਜ਼ਾਰ ਰੁਪਏ ਦਾ ਤੇਲ ਪਵਾ ਲਓ ਨੀ, ਕਹਿੰਦਾ 4-5 ਦਿਨ ਕਹਿੰਦਾ ਬੰਦ ਹੀ ਰਹਿਣਾ ਜੀ, ਕਹਿੰਦਾ ਸਾਡੇ ਵਾਸਤੇ ਔਖਾ ਹੀ ਹੈ। ਹਾਂਜੀ, ਬਹੁਤ ਔਖਾ ਹੋ ਜਾਣਾ। ਕਿੰਨੇ ਵਜੇ ਲਾਈਨ ਲੱਗੇ ਹੋ ਤੁਸੀਂ? ਬਹੁਤ ਟਾਈਮ ਹੋ ਗਿਆ ਜੀ ਮੈਨੂੰ, 15-20 ਮਿੰਟ ਹੋ ਗਈ ਲੰਘੇ, ਹਜੇ ਤੱਕ ਤੇਲ ਹਾਲੇ ਵੀ ਵਾਰੀ ਨਹੀਂ ਆਈ ਸਰ। ਕੀ ਨਾਮ ਹੈ? ਮੇਰਾ ਨਾਮ ਅਭਿਸ਼ੇਕ ਹੈ ਜੀ। ਸਟ੍ਰਾਈਕ ਦਾ ਕਾਰਨ ਕੀ ਹੈ? ਸਰ, ਇਹ ਸਟ੍ਰਾਈਕ ਦਾ ਜਿਹੜਾ ਹੈ, ਇਹ ਪੈਟਰੋਲ ਪੰਪਾਂ ਦੀ ਕੋਈ ਸਟ੍ਰਾਈਕ ਨਹੀਂ ਹੈ, ਸਟ੍ਰਾਈਕ ਹੈ ਡਰਾਈਵਰਾਂ ਦੀ, ਆਲ ਓਵਰ ਇੰਡੀਆ ਸਟ੍ਰਾਈਕ ਹੈ। ਜਿਹੜਾ ਕੋਈ ਨਵਾਂ ਕਾਨੂੰਨ ਆ ਰਿਹਾ ਹੈ ਕਿ ਡਰਾਈਵਰ ਨੂੰ ਐਕਸੀਡੈਂਟ ਕਰਨ 'ਤੇ 10 ਸਾਲ ਦੀ ਸਜ਼ਾ ਹੋਏਗੀ, ਉਹਦੇ ਕਰਕੇ ਹੈ। ਔਰ ਇਹ ਇਕੱਲੇ ਚਲੋ ਦੇਖਿਆ ਜਾਵੇ ਤਾਂ ਡਰਾਈਵਰ ਸਿਰਫ ਟਰੱਕਾਂ ਦੇ ਨਹੀਂ ਹੁੰਦੇ, ਆਪਾਂ ਲੋਕ ਵੀ ਕਾਰਾਂ ਵਗੈਰਾ ਚਲਾਉਂਦੇ ਹਾਂ, ਤਾਂ ਉਹਦੇ ਖਿਲਾਫ ਜਿਹੜਾ ਇਹ ਕਾਨੂੰਨ ਗਲਤ ਆ ਰਿਹਾ, ਉਹਦੇ ਲਈ ਇਹ ਡਰਾਈਵਰਾਂ ਨੇ ਸਟ੍ਰਾਈਕ ਕਰੀ ਹੈ। ਸਰ, ਜਿਹੜੇ ਪੈਟਰੋਲ ਦੀ ਲੋਕਾਂ ਨੂੰ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ, ਕੀ ਇਹ ਪੈਟਰੋਲ ਕਦ ਤੱਕ ਚੱਲੇਗਾ, ਕੀ ਕਾਰਨ? ਸਰ ਦੇਖੋ, ਉਮੀਦ ਤਾਂ ਹਲੇ ਕੁਛ ਨਹੀਂ ਹੈ, ਕਿਉਂਕਿ ਅਣਮਿੱਥੇ ਸਮੇਂ ਵਾਸਤੇ ਜਿਹੜੇ ਡਰਾਈਵਰ ਹੈ ਉਹ ਸਟ੍ਰਾਈਕ 'ਤੇ ਬੈਠੇ ਹੈ। ਕਿਸੇ ਵੀ ਪੈਟਰੋਲ ਪੰਪ 'ਤੇ ਤੇਲ ਆ ਨਹੀਂ ਰਿਹਾ, ਜਦ ਤੱਕ ਆਮਦ ਨਹੀਂ ਹੋਏਗੀ ਤਾਂ ਪੰਪ ਵਾਲਾ ਵੀ ਤੁਹਾਨੂੰ ਕਿਵੇਂ ਪ੍ਰੋਡਕਟ ਦੇ ਦੇਗਾ? ਹੁਣ ਸਟਾਕ ਵਗੈਰਾ ਤੁਹਾਡੇ ਕੋਲ ਹੈਗਾ ਕੀ ਹੈ? ਸਰ, ਅੱਜ ਮੈਕਸੀਮਮ ਉਮੀਦ ਹੈ ਕਿ ਪੂਰਾ ਪਟਿਆਲਾ ਡਿਸਟ੍ਰਿਕਟ ਜਾਂ ਮਤਲਬ ਅੱਜ ਜਾਂ ਕੱਲ੍ਹ ਤੱਕ ਡਰਾਈ ਹੋ ਜਾਏਗਾ, ਕਿਉਂਕਿ 31st ਨੂੰ ਚਾਂਸਿਸ ਸੀਗੇ ਰੇਟ ਘਟਣ ਦੇ, ਉਹਦੇ ਕਰਕੇ ਜਿਨ੍ਹਾਂ ਕੋਲ ਜਿੰਨਾ ਕੁ ਸਟਾਕ ਸੀ ਚੱਲ ਸਕਦਾ ਸੀ, ਪੰਪਾਂ ਨੇ ਚੱਕਿਆ ਨਹੀਂ, ਔਰ ਇਹ 1 ਤਰੀਕ ਤੋਂ ਕੱਲ੍ਹ ਤੋਂ ਸਟ੍ਰਾਈਕ ਹੈ, ਤਾਂ ਇਸ ਕਰਕੇ ਆਮਦ ਹੋਈ ਨਹੀਂ ਤੇਲ ਦੀ। ਸਰ, ਸਾਨੂੰ ਮੈਸੇਜ ਆਇਆ ਹੁਣੇ ਥੋੜ੍ਹੀ ਦੇਰ ਪਹਿਲਾਂ ਕਿ 11:30 ਵਜੇ DC ਮੈਡਮ ਨੇ ਬੁਲਾਇਆ ਸਾਨੂੰ। ਕੀ ਲੱਗਦਾ ਹੱਲ ਹੋਏਗਾ? ਦੇਖੋ ਸਰ, ਮੁਸ਼ਕਲ ਲੱਗਦਾ, ਕਿਉਂਕਿ ਸੈਂਟਰ ਦਾ ਮਾਮਲਾ ਹੈ, ਲੋਕਲ ਲੈਵਲ 'ਤੇ ਐਡਮਿਨਿਸਟ੍ਰੇਸ਼ਨ ਵੀ ਕੀ ਕਰ ਸਕਦਾ। ਮੇਰੇ ਹਿਸਾਬ ਨਾਲ ਤਾਂ DC ਮੈਡਮ ਸਾਨੂੰ ਜਿਹੜਾ ਹੈ ਉਹ ਅਪਰੋਚ ਕਰਨਗੇ ਕਿ ਪੁਲਿਸ 'ਤੇ ਜਿਹੜਾ ਉਹਦਾ ਕੋਟਾ ਹੁੰਦਾ ਹੈ ਮੈਡੀਕਲ ਵਾਸਤੇ, ਉਹ ਰਿਜ਼ਰਵ ਰੱਖਣ ਵਾਸਤੇ ਸਾਨੂੰ ਕਹਿਣਗੇ।